ਇੱਕ ਵਾਰ ਸੋਕਰੇਟ ਨੂੰ ਕੋਈ ਉਹਦਾ ਦੋਸਤ ਮਿਲਣ ਆਇਆ ਤੇ ਉਹਨੂੰ ਕਹਿੰਦਾ ਹੈ ਤੈਨੂੰ ਪਤਾ ਹੈ ਮੈਂ ਹੁਣੇ ਤੇਰੇ ਇੱਕ ਫਰੈਂਡ ਬਾਰੇ ਕੀ ਸੁਣਿਆ ਉਹ ਕਹਿੰਦਾ ਵੇਟ 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 ਹਜੇ ਕੁਝ ਦੱਸ ਨਾ ਪਹਿਲਾਂ ਮੈਨੂੰ ਮੇਰੇ ਤਿੰਨ ਸਵਾਲਾਂ ਦਾ ਜਵਾਬ ਦੇ ਫੇਰ ਮੈਂ ਤੇਰੀ ਗੱਲ ਸੁਣੂੰਗਾ ਉਹ ਕਹਿੰਦਾ ਦੱਸ ਕੀ ਕੁਐਸਚਨ ਹੈ ਕਹਿੰਦਾ ਕਿ ਜੋ ਤੂੰ ਮੈਨੂੰ ਦੱਸੇਗਾ ਤੂੰ ਦੇਖਿਆ ਉਹ ਉਹ ਸੱਚ ਹੈ ਉਹ ਕਹਿੰਦਾ ਨਹੀਂ ਦੇਖਿਆ ਤਾਂ ਨਹੀਂ ਮੈਂ ਤਾਂ ਸੁਣਿਆ ਹੀ ਹੈ ਕਹਿੰਦਾ ਠੀਕ ਐ ਜਿਹੜਾ ਤੂੰ ਮੈਨੂੰ ਦੱਸਣ ਲੱਗਿਆ ਕਿ ਉਹ ਮੇਰੇ ਦੋਸਤ ਦੀ ਚੰਗੀ ਗੱਲ ਐ ਕਹਿੰਦਾ ਨਹੀਂ ਚੰਗੀ ਗੱਲ ਤਾਂ ਨਹੀਂ ਐ ਤੀਸਰੀ ਗੱਲ ਕਹਿੰਦਾ ਕੀ ਜੋ ਤੂੰ ਮੈਨੂੰ ਦੱਸਣ ਜਾ ਰਿਹਾ ਉਹ ਮੇਰੇ ਵਾਸਤੇ ਯੂਸਫੁਲ ਐ ਉਹ ਕਹਿੰਦਾ ਨਹੀਂ ਯੂਸਫੁਲ ਤਾਂ ਕੋਈ ਨਹੀਂ ਵੈਸੇ ਹੀ ਗੱਲ ਐ ਉਹ ਕਹਿੰਦਾ ਫਿਰ ਨਾ ਤਾਂ ਉਹ ਤੂੰ ਸੱਚ ਨਾ ਉਹ ਗੱਲ ਸੱਚ ਐ ਤੂੰ ਸਿਰਫ ਸੁਣੀ ਐ ਨਾ ਉਹ ਚੰਗੀ ਐ ਨਾ ਹੀ ਉਹ ਯੂਸਫੁਲ ਐ ਮੇਰੇ ਵਾਸਤੇ ਤੇ ਨਾ ਹੀ ਮੇਰੇ ਦੋਸਤ ਵਾਸਤੇ ਮੈਂ ਤੇਰੀ ਗੱਲ ਕਿਉਂ ਸੁਣਾ ਤੂੰ ਜੋ ਵੀ ਦੱਸਣਾ ਆਪਦੇ ਕੋਲ ਰੱਖ ਮੈਂ ਨਹੀਂ ਸੁਣਨਾ ਚਾਹੁੰਦਾ ਕੋਈ ਮੇਰੇ ਦੋਸਤ ਬਾਰੇ ਕੋਈ ਗੱਲ ਕਰੇ ਸੋ ਦੈਟ ਸ਼ੁੱਡ ਬੀ ਦਾ ਐਟੀਟਿਊਡ ਟੁਵਰਡਸ ਯੋਰ ਫਰੈਂਡ ਐਂਡ ਦੈਟ ਇਜ਼ ਦਾ ਟਰੂ ਫਰੈਂਡ ਵਿਚ ਹੂ ਸਟੈਂਡਸ ਫॉर ਯੂ ਇਨ ਯੋਰ ਐਬਸੈਂਸ ਆਲਸੋ ਤੁਹਾਡੀ ਐਬਸੈਂਸ ਵੀ ਜੇ ਉਹ ਤੁਹਾਡੇ ਬਾਰੇ ਕੋਈ ਗੱਲ ਬੁਰੀ ਨਹੀਂ ਸੁਣ ਸਕਦਾ ਦੈਟ ਇਜ਼ he is or she is the true friend and never try to lose that friend ਤੁਸੀਂ ਕਿਵੇਂ ਆਪਣੇ دوست ਪਿਆਰੇ ਮਾੜੀ ਗੱਲ ਸੁਣ ਸਕਦੇ ਹੋ ਉਹ ਚੰਗਾ ਮਾੜਾ ਤੁਹਾਡਾ ਦੋਸਤ ਹੈ ਤੁਸੀਂ ਉਹਦੀ ਮਾੜੀ ਗੱਲ ਕਦੇ ਨਹੀਂ ਸੁਣੋਗੇ ਔਰ ਸੁਣਨੀ ਚਾਹੀਦੀ ਵੀ ਨਹੀਂ ਜਿਹੜੀ ਚੀਜ਼ ਯੂਸਫੁਲ ਹੀ ਨਹੀਂ ਆ ਉਹਦੀ ਗੋਸਪ ਕਰਨ ਦਾ ਕੀ ਮਤਲਬ ਹੈ this is called gossip ਇੱਕ ਤੋਂ ਸੁਣੀ ਦੂਜੇ ਨੂੰ ਸੁਣਾਈ ਉਹ ਗੱਲ ਹੋਰ ਦੀ ਹੋਰ ਹੋਰ ਦੀ ਹੋਰ ਅੱਗੇ ਸਚਾਈ ਤਾਂ ਰਹਿੰਦੀ ਨਹੀਂ ਸੱਚੀ ਗੱਲ ਕੁਝ ਹੋਰ ਹੀ ਹੁੰਦੀ ਹੈ ਸੋ ਦੈਟ ਬੀ ਟਰੂ ਫਰੈਂਡ ਇਨ ਸਮਵਨਸ ਲਾਈਫ ਟਰਾਈ ਟੂ ਬੀ ਲਾਈਕ ਥੈਟ ਐਂਡ ਦਾ ਵਰਲਡ ਵਿਲ ਬੀ ਦਾ ਬੈਸਟੈਸਟ ਪਲੇਸ ਟੂ ਲਿਵ ਇਨ ਬੀ ਬਲੈਸਡ ਆਲਵੇਜ਼